ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ। ਅਤੇ ਅੱਜ ਘਰ ਦੀ ਕੰਟੀਨ ਵਿੱਚ ਬਣਨ ਜਾ ਰਿਹਾ ਦਲੀਆ। ਦਲੀਆ ਆਪਾਂ ਪਹਿਲਾਂ ਵੀ ਬਣਾਇਆ ਸੀ, ਪਰ ਉਹ ਬਣਾਇਆ ਸੀ ਆਪਾਂ ਮਿੱਠਾ ਦਲੀਆ। ਅਤੇ ਅੱਜ ਆਪਾਂ ਬਣਾਵਾਂਗੇ ਜੀ ਨਮਕੀਨ ਦਲੀਆ, ਜੋ ਕਿ ਬਹੁਤ ਹੀ ਟੇਸਟੀ ਹੁੰਦਾ ਹੈ, ਬਹੁਤ ਹੀ ਹੈਲਦੀ ਹੈ, ਕਿਉਂਕਿ ਇਹਦੇ ਵਿੱਚ ਇੱਕ ਤਾਂ ਖੂਬ ਸਾਰੀਆਂ ਸਬਜ਼ੀਆਂ ਪੈਣਗੀਆਂ ਅਤੇ ਨਾਲੇ ਇਹਦੇ ਵਿੱਚ ਕਾਫੀ ਮਾਤਰਾ 'ਚ ਪ੍ਰੋਟੀਨ ਫਾਈਬਰ ਹੁੰਦਾ, ਜਿਹੜਾ ਕਿ ਸਾਡੀ ਬੋਡੀ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ। ਚਲੋ ਜੀ, ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ। ਇਹ ਸਾਰਾ ਸਮਾਨ ਹੈ ਜੋ ਅੱਜ ਆਪਾਂ ਨਮਕੀਨ ਦਲੀਆ ਵਿੱਚ ਵਰਤਣਾ ਹੈ। ਇਹਦੇ ਵਿੱਚ ਆਪਾਂ ਲਈ ਹੈ ਇੱਕ ਕੌਲੀ ਦਲੀਏ ਦੀ। ਦਲੀਆ ਤੁਸੀਂ ਆਪਣੇ ਅਕੋਰਡਿੰਗ ਕੌਲੀ ਕੱਪ ਜਿਵੇਂ ਵੀ ਤੁਸੀਂ ਲੈਣਾ ਲੈ ਸਕਦੇ ਹੋ। ਇਹ ਦਲੀਏ ਨੂੰ ਮੈਂ ਚੰਗੀ ਤਰ੍ਹਾਂ ਗਿੱਲੇ ਕੱਪੜੇ ਨਾਲ ਸਾਫ਼ ਕਰ ਲਿਆ ਹੈ। ਇਹਦੇ ਵਿੱਚ ਮੈਂ ਲਏ ਨੇ ਥੋੜ੍ਹੇ ਜਿਹੇ ਕੜੀ ਪੱਤਾ, ਥੋੜ੍ਹਾ ਕੱਤਾ ਨਹੀਂ ਆ ਕੱਟਿਆ ਹੋਇਆ, ਅਤੇ ਇੱਕ ਆਲੂ ਨੂੰ ਮੈਂ ਇਸ ਤਰ੍ਹਾਂ ਕੱਟ ਕੇ ਪਾਣੀ 'ਚ ਪਾ ਦਿੱਤਾ ਹੈ। ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਉਹਨੂੰ ਮੈਂ ਬਰੀਕ ਕੱਟ ਲਿਆ ਹੈ। ਇੱਕ ਸ਼ਿਮਲਾ ਮਿਰਚ, ਇਹਦੇ ਮੈਂ ਬੀਜ ਕੱਟਦੇ ਨੇ ਅਤੇ ਇਹਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ। ਅਤੇ ਥੋੜ੍ਹੀਆਂ ਜਿਹੀਆਂ ਸੇਮ ਫਲੀਆਂ, ਇਹਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ। ਅੱਧਾ ਚਮਚਾ ਮੈਂ ਅਦਰਕ, ਇਹਨੂੰ ਵੀ ਬਰੀਕ ਕੱਟਿਆ ਹੈ, ਅਤੇ ਅੱਧਾ ਇੱਕ ਚਮਚਾ ਲਸਣ, ਇਹਨੂੰ ਵੀ ਮੈਂ ਇਸ ਤਰ੍ਹਾਂ ਕੱਟ ਲਿਆ ਹੈ। ਥੋੜ੍ਹੇ ਜਿਹੇ ਹਰੇ ਮਟਰ, ਦੋ ਮਿਰਚਾਂ, ਇਹਨਾਂ ਨੂੰ ਇਸ ਤਰ੍ਹਾਂ ਕੱਟਿਆ ਹੈ, ਅਤੇ ਇੱਕ ਟਮਾਟਰ, ਇਹਨੂੰ ਵੀ ਮੈਂ ਬਰੀਕ ਕੱਟ ਲਿਆ, ਅਤੇ ਟਮਾਟਰ ਦੇ ਵੀ ਮੈਂ ਬੀਜ ਕੱਟਦੇ ਨੇ। ਇਹਦੇ ਵਿੱਚ ਮੈਂ ਗਾਜਰ ਵੀ ਪਾਉਣੀ ਸੀ, ਪਰ ਇਸ ਟਾਈਮ ਮੇਰੇ ਕੋਲ ਹੈ ਨਹੀਂ ਸੀ, ਇਸ ਕਰਕੇ ਮੈਂ ਨਹੀਂ ਪਾ ਰਹੀ। ਉਸ ਤੋਂ ਬਿਨਾਂ ਹੀ ਆਪਾਂ ਬਣਾ ਰਹੇ ਹਾਂ ਜੀ ਦਲੀਆ। ਸਭ ਤੋਂ ਪਹਿਲਾਂ ਆਪਾਂ ਇਹ ਦਲੀਏ ਨੂੰ ਭੁੰਨਾਂਗੇ, ਅਤੇ ਬਾਅਦ ਵਿੱਚ ਆਪਾਂ ਇਹਨੂੰ ਸਬਜ਼ੀਆਂ ਨੂੰ ਫਰਾਈ ਕਰਾਂਗੇ। ਦਲੀਏ ਨੂੰ ਬਣਾਉਣ ਤੋਂ ਪਹਿਲਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖ ਲੈਣਾ ਹੈ, ਸਾਫ਼ ਕਰ ਲੈਣਾ ਹੈ, ਅਤੇ ਫਿਰ ਇਹਨੂੰ ਜੇ ਤੁਸੀਂ ਚਾਹੋ ਤਾਂ ਧੋ ਵੀ ਸਕਦੇ ਹੋ। ਜੇ ਆਪਾਂ ਇਹਨੂੰ ਧੋ ਕੇ ਭੁੰਨਾਂਗੇ ਤਾਂ ਇਹਨੂੰ ਜ਼ਿਆਦਾ ਟਾਈਮ ਲੱਗੇਗਾ, ਇਸ ਤਰ੍ਹਾਂ ਤੁਸੀਂ ਇਹਨੂੰ ਕੱਪੜੇ ਨਾਲ ਸਾਫ਼ ਕਰੋ ਅਤੇ ਫਟਾਫਟ ਭੁੱਜ ਜਾਏਗਾ। ਇਹਨੂੰ ਆਪਾਂ ਕੜਾਹੀ ਵਿੱਚ ਪਾ ਕੇ ਮੀਡੀਅਮ ਫਲੇਮ 'ਤੇ ਭੁੰਨਾਂਗੇ। ਇੱਧਰ ਮੈਂ 3.5 ਕੌਲੀਆਂ ਪਾਣੀ ਦੀਆਂ ਪਾਈਆਂ ਨੇ, ਪਾਣੀ ਆਪਣਾ ਗਰਮ ਹੋ ਰਿਹਾ ਹੈ। ਤੁਸੀਂ ਚਾਹੋ ਤਾਂ ਇਹਨੂੰ ਪ੍ਰੈਸ਼ਰ ਕੁੱਕਰ ਵਿੱਚ 1 ਜਾਂ 2 ਸੀਟੀ ਲਵਾ ਸਕਦੇ ਹੋ, ਪਰ ਮੈਨੂੰ ਇਹਦੇ ਵਿੱਚ ਚਿਪਕਾਵਾਂਗੀ ਕਿਉਂਕਿ ਇਹ ਬਹੁਤ ਜਲਦੀ ਬਣ ਜਾਂਦਾ ਹੈ। ਇਹਨੂੰ ਮੈਂ ਘਿਓ ਤੋਂ ਬਿਨਾਂ ਹੀ ਭੁੰਨਾਂਗੀ, ਕਿਉਂਕਿ ਤੜਕਾ ਆਪਾਂ ਵੈਜੀਟੇਬਲ ਜਿਹੜੀਆਂ ਕਾਣੀਆਂ ਨੂੰ ਦੇਸੀ ਘਿਓ 'ਚ ਪਕਾਵਾਂਗੇ। ਇਹਨੂੰ ਆਪਾਂ ਇਸ ਤਰ੍ਹਾਂ ਹੀ ਭੁੰਨ ਕੇ ਗਰਮ ਪਾਣੀ 'ਚ ਪਾ ਦੇਵਾਂਗੇ। ਦਲੀਏ ਨੂੰ ਆਪਾਂ ਇੰਨਾ ਕਿ ਭੁੰਨਾਂਗੇ ਬਸ। ਹੁਣ ਇਹਨੂੰ ਆਪਾਂ ਗੈਸ ਨੂੰ ਬੰਦ ਕਰਕੇ, ਇੱਧਰ ਆਪਣਾ ਪਾਣੀ ਬਹੁਤ ਤੇਜ਼ ਗਰਮ ਹੋ ਗਿਆ, ਅਤੇ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਨਮਕ ਪਾਵਾਂਗੇ, ਬਸ ਇੰਨਾ ਕੁ ਨਮਕ ਪਾ ਕੇ ਇਹ ਵਾਲਾ ਦਲੀਆ ਇਹਦੇ ਵਿੱਚ ਆਪਾਂ ਐਡ ਕਰਾਂਗੇ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ, ਇਹਨੂੰ ਮੀਡੀਅਮ ਫਲੇਮ 'ਤੇ ਢੱਕ ਕੇ ਆਪਾਂ ਕਾ ਲਵਾਂਗੇ। ਇੱਧਰ ਆਪਾਂ ਹੁਣ ਆਪਣੀਆਂ ਵੈਜੀਟੇਬਲ ਫਰਾਈ ਕਰਦੇ ਹਾਂ। ਇਹਦੇ ਵਿੱਚ ਆਪਾਂ 1 ਚਮਚਾ ਦੇਸੀ ਘਿਓ ਪਾਵਾਂਗੇ। ਘਿਓ ਆਪਣਾ ਗਰਮ ਹੋ ਗਿਆ, ਅਤੇ ਹੁਣ ਆਪਾਂ ਇਹਦੇ ਵਿੱਚ 1/2 ਚਮਚਾ ਸਰੋਂ ਪਾਵਾਂਗੇ। ਇਹ ਆਪਸ਼ਨਲ ਆ, ਤੁਸੀਂ ਪਾਣੀ ਆ ਪਾਓ, ਨਹੀਂ ਪਾਣੀ ਤਾਂ ਨਾ ਪਾਓ। 1/2 ਚਮਚਾ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਥੋੜ੍ਹਾ ਜਿਹਾ ਨਾ ਘਿਓ ਦੇ ਵਿੱਚ ਭੁੰਨ ਲਵਾਂਗੇ। ਜਦੋਂ ਇਹ ਤਿਪਕਣਾ ਸ਼ੁਰੂ ਹੋ ਜਾਏਗਾ, ਫਿਰ ਬਾਅਦ ਵਿੱਚ ਆਪਾਂ ਇਹਦੇ ਵਿੱਚ ਲਸਣ ਪਿਆਜ਼ ਐਡ ਕਰਦੇ ਹਾਂ। ਹੁਣ ਆਪਣਾ ਸਰੋਂ ਅਤੇ ਜੀਰਾ ਭੁੱਜ ਗਿਆ, ਹੁਣ ਆਪਾਂ ਇਹਦੇ ਵਿੱਚ ਇਹ ਬਰੀਕ ਕੱਟਿਆ ਹੋਇਆ ਲਸਣ ਅਦਰਕ ਪਾ ਦਾਂਗੇ। ਜੇ ਤੁਸੀਂ ਲਸਣ ਅਦਰਕ ਨਹੀਂ ਪਾਉਣਾ ਤਾਂ ਨਾ ਪਾਓ, ਪਿਆਜ਼ ਪਾ ਕੇ ਵੀ ਇਹਨੂੰ ਬਣਾ ਸਕਦੇ ਹੋ। ਇਹਨੂੰ ਹਲਕਾ ਜਿਹਾ ਆਪਾਂ ਭੁੰਨ ਲਵਾਂਗੇ, ਥੋੜ੍ਹਾ ਇਹਦਾ ਕਲਰ ਚੇਂਜ ਹੋਏਗਾ। ਇਹ ਕੜੀ ਪੱਤੇ, ਇਹ ਵੀ ਆਪਸ਼ਨਲ ਹੈ, ਜੇ ਤੁਹਾਡੇ ਕੋਲ ਹੈਗੇ ਤਾਂ ਤੁਸੀਂ ਪਾਓ, ਜੇ ਤੁਹਾਨੂੰ ਇਹ ਖਾਣਾ ਪਸੰਦ ਆ ਦਲੀਏ 'ਚ ਤਾਂ ਪਾਓ, ਨਹੀਂ ਹੈਗੇ ਤਾਂ ਨਾ ਪਾਓ। ਇਹਨਾਂ ਦਾ ਟੇਸਟ ਵੀ ਦਲੀਏ ਵਿੱਚ ਬਹੁਤ ਵਧੀਆ ਹੁੰਦਾ ਹੈ। ਹੁਣ ਆਪਾਂ ਚੈੱਕ ਕਰਦੇ ਹਾਂ ਆਪਾਂ ਦਲੀਆ, ਆਹ ਦੇਖੋ ਇਹਨੂੰ ਆਪਾਂ ਇੱਧਰ ਮੀਡੀਅਮ ਫਲੇਮ 'ਤੇ ਰੱਖਿਆ ਸੀ। ਦਲੀਆ ਵੀ ਆਪਣਾ ਬਿਲਕੁਲ ਪੱਕ ਕੇ ਤਿਆਰ ਹੈ। ਜਦੋਂ ਨੂੰ ਆਪਣੀਆਂ ਸਬਜ਼ੀਆਂ ਫਰਾਈ ਹੋਣੀਆਂ ਨੇ, ਦਲੀਆ ਆਪਣਾ ਬਿਲਕੁਲ ਪੱਕ ਜਾਣਾ। ਲਸਣ ਅਤੇ ਅਦਰਕ ਭੁੱਜ ਗਿਆ, ਹੁਣ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਪਿਆਜ਼ ਪਾ ਦਾਂਗੇ। ਪਿਆਜ਼ ਨੂੰ ਵੀ
ਹਲਕਾ ਜਿਹਾ ਭੁੰਨਾਂਗੇ ਤਾਂ ਥੋੜ੍ਹਾ ਕਲਰ ਚੇਂਜ ਹੁੰਦਾ ਹੈ, ਅਤੇ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਨਾਲ ਹੀ ਹਰੀ ਮਿਰਚ। ਪਿਆਜ਼ ਆਪਾਂ ਭੁੰਨ ਲਿਆ ਜਿੰਨਾ ਕੁ ਆਪਾਂ ਨੂੰ ਚਾਹੀਦਾ ਸੀ, ਉੱਨਾ ਕੁ ਆਪਾਂ ਇਹਦਾ ਕਲਰ ਚੇਂਜ ਕਰ ਲਿਆ ਹੈ, ਆਹ ਦੇਖੋ ਬਸ ਇੰਨਾ ਕੁ ਆਪਾਂ ਇਹਨੂੰ ਭੁੰਨਾਂਗੇ। ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਬਰੀਕ ਆਲੂ ਪਾਵਾਂਗੇ, ਆਲੂਆਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਇਹ ਫਲੀਆਂ ਪਾਵਾਂਗੇ, ਇਹਨਾਂ ਨੂੰ ਹਲਕਾ ਜਿਹਾ ਭੁੰਨਾਂਗੇ, ਬਾਅਦ ਵਿੱਚ ਆਪਾਂ ਇਹਦੇ ਵਿੱਚ ਹਰੇ ਮਟਰ ਐਡ ਕਰ ਦਿੰਦੇ। ਆਲੂ ਅਤੇ ਫਲੀਆਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰ ਲਿਆ, ਹੁਣ ਆਪਾਂ ਇਹਦੇ ਵਿੱਚ ਇਹ ਹਰੇ ਮਟਰ ਅਤੇ ਨਾਲ ਹੀ ਟਮਾਟਰ ਇਹ ਦੋਨੋਂ ਪਾ ਦਾਂਗੇ, ਨਾਲ ਹੀ ਇਹਦੇ ਵਿੱਚ ਆਪਾਂ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾਵਾਂਗੇ। ਸ਼ਿਮਲਾ ਮਿਰਚ ਆਪਾਂ ਥੋੜ੍ਹਾ ਰੋਕ ਕੇ ਪਾਵਾਂਗੇ ਕਿਉਂਕਿ ਇਹ ਬਹੁਤ ਜਲਦੀ ਸੋਫਟ ਹੋ ਜਾਂਦੀ ਹੈ। ਤੁਸੀਂ ਚਾਹੋ ਤਾਂ ਵੀ ਜ਼ਿਆਦਾ ਇਹਨੂੰ ਸਬਜ਼ੀਆਂ ਤੜਕਾ ਲਗਾ ਕੇ ਇਹਦੇ ਵਿੱਚ ਦਲੀਆ ਪਾ ਕੇ ਫਿਰ ਇਹਨੂੰ ਪਾਣੀ ਪਾ ਕੇ ਪਕਾ ਸਕਦੇ ਹੋ, ਪਰ ਉਸ ਤਰ੍ਹਾਂ ਥੋੜ੍ਹੀਆਂ ਸਬਜ਼ੀਆਂ ਜ਼ਿਆਦਾ ਇਹਦੇ ਵਿੱਚ ਪੱਕ ਜਾਂਦੀਆਂ ਨੇ, ਅਤੇ ਇਸ ਤਰ੍ਹਾਂ ਸਬਜ਼ੀਆਂ 'ਚ ਥੋੜ੍ਹਾ ਕਰੰਚ ਰਹਿੰਦਾ ਹੈ ਅਤੇ ਖਾਣ ਵਿੱਚ ਵੀ ਦਲੀਆ ਬਹੁਤ ਟੇਸਟੀ ਲੱਗਦਾ ਹੈ। ਇਸ ਕਰਕੇ ਆਪਾਂ ਦਲੀਆ ਅਲੱਗ ਉਬਾਲ ਲਿਆ ਅਤੇ ਸਬਜ਼ੀਆਂ ਨੂੰ ਅਲੱਗ ਫਰਾਈ ਕਰ ਰਹੇ ਹਾਂ। ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਨਮਕ ਪਾਵਾਂਗੇ, ਇਹਦੇ ਨਾਲ ਹੀ ਆਪਾਂ ਇਹ ਕੱਟੀ ਹੋਈ ਸ਼ਿਮਲਾ ਮਿਰਚ ਪਾ ਦਾਂਗੇ, ਇਹਨੂੰ ਮਿਕਸ ਕਰਾਂਗੇ, ਇਹਨੂੰ ਢੱਕ ਕੇ 3-4 ਮਿੰਟ ਵਾਸਤੇ ਪਕਾਵਾਂਗੇ। ਹੁਣ ਆਪਾਂ ਚੈੱਕ ਕਰਦੇ ਹਾਂ ਆਪਣੀਆਂ ਸਬਜ਼ੀਆਂ, ਆਹ ਦੇਖੋ ਸਬਜ਼ੀਆਂ ਆਪਣੀਆਂ ਪੱਕ ਗਈਆਂ ਨੇ, ਇਹਨਾਂ ਨੇ ਕਾਫੀ ਘਿਓ ਛੱਡਤਾ ਹੈ, ਅਤੇ ਹੁਣ ਆਪਾਂ ਇਹਦੇ ਵਿੱਚ ਹਲਕੀ ਜਿਹੀ ਹਲਦੀ ਪਾਵਾਂਗੇ, ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ, ਨਹੀਂ ਪਾਣੀ ਤਾਂ ਨਾ ਪਾਓ, ਇਹ ਵੀ ਆਪਸ਼ਨਲ ਹੀ ਹੈ, ਪਰ ਮੈਂ ਥੋੜ੍ਹੀ ਜਿਹੀ ਪਾਵਾਂਗੀ। ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਥੋੜ੍ਹਾ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ, ਬਸ ਇੰਨਾ ਖਾਵਾਂਗੇ, ਹੋਰ ਆਪਾਂ ਇਹਦੇ ਵਿੱਚ ਕੁਛ ਮਸਾਲਾ ਐਡ ਨਹੀਂ ਕਰਨਾ, ਨਾਲ ਹੀ ਬਿਲਕੁਲ ਥੋੜ੍ਹੀ ਜਿਹੀ ਸੁੱਕੀ ਮੇਥੀ, ਉਦੋਂ ਮੈਂ ਇਸ ਤਰ੍ਹਾਂ ਪਾਊਡਰ ਬਣਾ ਲਿਆ ਹੈ ਉਹ ਪਾਵਾਂਗੇ। ਇਹਨੂੰ ਆਪਾਂ 1-2 ਮਿੰਟ ਹਲਕਾ ਜਿਹਾ ਪਕਾ ਲਵਾਂਗੇ ਕਿਉਂਕਿ ਮਸਾਲੇ ਜੋ ਵੀ ਆਪਾਂ ਇਹਦੇ 'ਚ ਹਲਦੀ ਪਾਈ ਹੈ, ਕਾਲੀ ਮਿਰਚ, ਉਹ ਜਰਾ ਕਿ ਇਹਦੇ 'ਚ ਪੱਕ ਜਾਣ। ਸਬਜ਼ੀਆਂ ਬਿਲਕੁਲ ਪੱਕ ਕੇ ਤਿਆਰ ਨੇ, ਅਤੇ ਹੁਣ ਆਪਾਂ ਇਹਦੇ ਵਿੱਚ ਇਹ ਪਾਉਂਦੇ ਹਾਂ ਦਲੀਆ, ਆਹ ਦੇਖੋ ਆਪਾਂ ਹੁਣ ਇਹਦੇ ਵਿੱਚ ਦਲੀਆ ਪਾ ਦਿੰਦੇ ਹਾਂ, ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਵਾਂਗੀ, ਜੇ ਤੁਸੀਂ ਚਾਹੋ ਤਾਂ ਇਹਨੂੰ ਇਸ ਤਰ੍ਹਾਂ ਮਿਕਸ ਕਰਕੇ 1-2 ਸੈਕਿੰਡ ਪਕਾ ਕੇ ਇਸ ਤਰ੍ਹਾਂ ਵੀ ਖਾ ਸਕਦੇ ਹੋ, ਜੇ ਤੁਸੀਂ ਥੋੜ੍ਹਾ ਇਹਨੂੰ ਪਤਲਾ ਕਰਨਾ ਤਾਂ ਇਹਦੇ ਵਿੱਚ ਪਾਣੀ ਪਾ ਕੇ ਪਤਲਾ ਕਰ ਸਕਦੇ ਹੋ। ਕਿੰਨਾ ਸੋਹਣਾ ਬਣਿਆ ਦਲੀਆ, ਬਹੁਤ ਹੀ ਹੈਲਦੀ ਅਤੇ ਟੇਸਟੀ ਆਪਣਾ ਨਮਕੀਨ ਦਲੀਆ ਬਣ ਕੇ ਬਿਲਕੁਲ ਤਿਆਰ ਹੈ। ਮੈਂ ਬਿਲਕੁਲ ਥੋੜ੍ਹਾ ਜਿਹਾ ਇਹਦੇ ਵਿੱਚ ਪਾਣੀ ਐਡ ਕਰਾਂਗੀ, ਬਸ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਗਰਮ ਪਾਣੀ ਐਡ ਕੀਤਾ ਹੈ, ਇਹਨੂੰ ਮੈਂ 5 ਮਿੰਟ ਪਕਾਵਾਂਗੀ ਤਾਂ ਕਿ ਸਬਜ਼ੀਆਂ ਅਤੇ ਜੋ ਵੀ ਆਪਾਂ ਇਹਦੇ ਵਿੱਚ ਸਮਾਨ ਪਾਇਆ ਉਹਦਾ ਸਾਰਾ ਫਲੇਵਰ ਦਲੀਆ ਵਿੱਚ ਆ ਜਾਵੇ, ਚੰਗੀ ਤਰ੍ਹਾਂ ਮਿਕਸ ਹੋ ਜਾਣ ਮਸਾਲੇ। ਆਹ ਦੇਖੋ ਦਲੀਆ ਆਪਣਾ ਬਣ ਕੇ ਬਿਲਕੁਲ ਰੈਡੀ ਹੈ, ਇਹਨੂੰ ਆਪਾਂ ਇੱਕ ਛੋਟਾ ਜਿਹਾ ਤੜਕਾ ਲਗਾਵਾਂਗੇ ਅਤੇ ਫਿਰ ਕਰਦੇ ਹਾਂ ਜੀ ਇਹਨੂੰ ਸਰਵ। ਇੱਧਰ ਮੈਂ ਪੈਨ ਵਿੱਚ 1 ਚਮਚਾ ਮੈਂ ਦੇਸੀ ਘਿਓ ਪਾਇਆ ਹੈ, ਘਿਓ ਨੂੰ ਹਲਕਾ ਜਿਹਾ ਆਪਾਂ ਗਰਮ ਕਰਾਂਗੇ। ਆਪਣਾ ਗਰਮ ਹੋ ਗਿਆ, ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਕੱਚੀ ਮੂੰਗਫਲੀ ਹੈ ਇਹਨੂੰ ਰੋਸਟ ਕਰਾਂਗੇ, ਨਾਲ ਹੀ ਥੋੜ੍ਹੇ ਜਿਹੇ ਕਾਜੂ, ਇਹਨਾਂ ਨੂੰ ਰੋਸਟ ਕਰਕੇ ਫਿਰ ਆਪਾਂ ਲਗਾਵਾਂਗੇ ਦਲੀਏ ਨੂੰ ਤੜਕਾ। ਇਹ ਬਿਲਕੁਲ ਆਪਸ਼ਨਲ ਹੈ, ਤੁਸੀਂ ਜੇ ਇਹਨੂੰ ਖਾਣਾ ਪਸੰਦ ਕਰਦੇ ਹੋ ਦਲੀਏ 'ਚ ਤਾਂ ਇਹਦਾ ਤੜਕਾ ਲਗਾਓ, ਜੇ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਸ ਤਰ੍ਹਾਂ ਵੀ ਦਲੀਏ ਨੂੰ ਸਰਵ ਕਰ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਇਹ ਮੂੰਗਫਲੀ ਪਾਵਾਂਗੇ, ਇਹਨੂੰ ਆਪਾਂ ਮੀਡੀਅਮ ਫਲੇਮ 'ਤੇ ਥੋੜ੍ਹਾ ਜਿਹਾ ਰੋਸਟ ਕਰਾਂਗੇ, ਜਦੋਂ ਇਹਦਾ ਥੋੜ੍ਹਾ ਕਲਰ ਚੇਂਜ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਨਾਲ ਹੀ ਕਾਜੂ ਫਰਾਈ ਕਰ ਲਵਾਂਗੇ।
ਮੂੰਗਫਲੀ ਆਪਣੀ ਰੋਸਟ ਹੋ ਗਈ ਹੈ, ਹੁਣ ਆਪਾਂ ਇਹਦੇ ਵਿੱਚ ਇਹ ਕਾਜੂ ਪਾਵਾਂਗੇ ਕਿਉਂਕਿ ਕਾਜੂ ਬਹੁਤ ਹੀ ਜਲਦੀ ਰੋਸਟ ਹੋ ਜਾਂਦੇ ਨੇ। ਇਹਨਾਂ ਆਪਾਂ ਹਲਕਾ ਜਿਹਾ ਇਹਦਾ ਕਲਰ ਚੇਂਜ ਕਰਨਾ ਹੈ। ਬਸ ਕਾਜੂ ਆਪਣੇ ਸਾਰਾ ਕੁਛ ਰੋਸਟ ਹੋ ਗਿਆ ਅਤੇ ਹੁਣ ਆਪਾਂ ਇਹਨੂੰ ਦਲੀਆ 'ਚ ਪਾਵਾਂਗੇ ਅਤੇ ਥੋੜ੍ਹੀ ਦੇਰ ਵਾਸਤੇ ਇਹਨੂੰ ਢੱਕਾਂਗੇ। ਬਸ ਗੈਸ ਬੰਦ ਕਰਕੇ ਫਿਰ ਇਹਨੂੰ ਕਰਦੇ ਹਾਂ ਜੀ ਆਪਾਂ ਸਰਵ। ਇੱਕ ਮੇਨ ਚੀਜ਼ ਤਾਂ ਮੈਂ ਭੁੱਲ ਹੀ ਗਈ, ਹਰਾ ਧਨੀਆ ਪਾਉਣਾ। ਹੁਣ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਬਰੀਕ ਧਨੀਆ ਪਾਉਂਦੇ ਹਾਂ, ਇਹਦੇ ਨਾਲ ਇਹਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ। ਹੁਣ ਇਹਨੂੰ ਕਰਦੇ ਹਾਂ ਜੀ ਆਪਾਂ ਸਰਵ। ਲਓ ਜੀ ਆਪਣਾ ਬਹੁਤ ਹੀ ਟੇਸਟੀ ਗਰਮਾ ਗਰਮ ਨਮਕੀਨ ਦਲੀਆ ਬਣ ਕੇ ਰੈਡੀ ਹੈ। ਇਹ ਬਹੁਤ ਹੀ ਟੇਸਟੀ ਬਣਿਆ ਹੈ, ਖੁਸ਼ਬੂ ਬਹੁਤ ਵਧੀਆ ਆ ਰਹੀ ਹੈ, ਬਹੁਤ ਹੀ ਹੈਲਥੀ ਡਾਇਟ ਹੈ। ਤੁਸੀਂ ਇਹਨੂੰ ਸਵੇਰੇ ਬੱਚਿਆਂ ਨੂੰ ਟਿਫਨ 'ਚ ਵੀ ਦੇ ਸਕਦੇ ਹੋ ਅਤੇ ਜਿਹਨਾਂ ਨਾਲ ਕਿ ਪੂਰਾ ਦਿਨ, ਇੱਕ ਵਾਰੀ ਇਹਨੂੰ ਸਵੇਰੇ ਖਾਓ ਅਤੇ ਪੂਰਾ ਦਿਨ ਆਪਣਾ ਪੇਟ ਭਰਿਆ ਰਹਿੰਦਾ ਹੈ ਅਤੇ ਆਪਣਾ ਪੂਰਾ ਦਿਨ ਤੁਸੀਂ ਕੰਮ ਕਰ ਸਕਦੇ ਹੋ ਔਰ ਕਾਫੀ ਇਹ ਤੋਂ ਐਨਰਜੀ ਵੀ ਮਿਲਦੀ ਹੈ। ਹੁਣ ਆਪਾਂ ਕਰਦੇ ਹਾਂ ਜੀ ਇਹਦਾ ਟੇਸਟ ਕਿਵੇਂ ਦਾ ਬਣਿਆ ਜੀ ਆਪਣਾ ਦਲੀਆ। ਆ ਥੋੜ੍ਹਾ ਜਿਹਾ ਲਵਾਂਗੇ ਆਪਾਂ, ਫਿਰ ਤੁਹਾਨੂੰ ਦੱਸਦੇ ਹਾਂ ਜੀ ਇਹਦਾ ਟੇਸਟ। ਬਹੁਤ ਜ਼ਿਆਦਾ ਟੇਸਟੀ ਬਣਿਆ ਹੈ, ਖਾ ਕੇ ਮਜ਼ਾ ਹੀ ਆ ਗਿਆ। ਤੁਸੀਂ ਵੀ ਇਸ ਰੈਸਪੀ ਨੂੰ ਆਪਣੇ ਘਰ ਬਣਾ ਕੇ ਟਰਾਈ ਜ਼ਰੂਰ ਕਰਿਓ ਅਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਨਾਲ ਹੀ ਬੈੱਲ ਆਈਕਨ ਬਟਨ ਨੂੰ ਦਬਾਇਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ, ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।